ਇਹ ਤਾਂ ਮੈਡਮ 4 4.5 ਸਾਲ ਦਾ ਚੰਡੀਗੜੀ ਬੈਠੇ ਨੇ ਪਰ ਮੈਡਮ ਤਾਂ ਇੱਥੇ ਸਾਢੇ 4 ਸਾਲ ਆਈ ਵੀ ਕਿਉਂ ਇਹ ਵੱਡੇ ਵੱਡੇ ਵਿਕਾਸ ਬਣੇ ਗ੍ਰੀਵਟਰੀ ਨਹੀਂ ਗਿਆ ਕੋਈ ਕਿਸੇ ਨਾਲ ਹੀ ਦੇਖੋ ਜੀ ਅਸੀਂ ਤਾਂ ਹੱਥਾਂ ਤੇ ਆਪਣੀਆਂ ਪਲਕਾਂ ਤੇ ਇਸ ਪਰਿਵਾਰ ਨੂੰ ਬਿਠਾਇਆ ਸੀਗਾ ਕਹਿੰਦੇ ਇਹਨਾਂ ਨੇ ਸ਼ਿਫਟੀ ਲੈ ਰਿਆ ਇਹਨਾਂ ਨੇ ਖੋਲ ਲੜਦੀਆਂ ਦੂਜੀ ਪਾਰਟੀ ਕੋਲ ਤੋਂ ਕੱਢ ਦਿੰਦੇ ਆ ਜਿਨ੍ਹਾਂ ਉਹਨਾਂ ਦੇ ਪਰਮਾਤਮਾ ਨੇ ਸੁਣੀ ਹੈ ਜਿਨ੍ਹਾਂ ਨੇ 5 ਸਾਲ ਸਰਕਾਰ ਚੰਡਾਇਆ ਅੱਜ ਉਹਨਾਂ ਦੀ ਦਾ ਜਾਂਦਾ ਜਾਂਦਾ ਦਿਲ ਟੁੱਟਿਆ ਕਈਆਂ ਦੀਆਂ ਸਮਝਾਂ ਹੁੰਦੀਆਂ ਮੈਂ ਅੱਜੋ ਉੱਥੇ ਬੈਠੇ ਆ ਕੱਲ ਉੱਥੇ ਉਹ ਮਸਾਲਾਕਾਰ ਦੇ ਟੈਰ ਨਹੀਂ ਘੁੰਮੇ ਹੋਣੇ ਜਿੰਨੇ ਨੇ ਇਹ ਦਿੱਲੀ ਤੇ ਚੰਡੀਗੜ੍ਹ ਦੇ ਇੰਨਾ ਦਿਨਾਂ ਚ ਟੈਰ ਘੁੰਮ ਗਿਆ ਪੁਰਾਣੇ ਕਾਂਗਰਸੀ ਇਹਨਾਂ ਨੂੰ ਇਗਨੋਰ ਕੀਤਾ ਗਿਆ ਗਾਣੀ ਕਹਿਰੀ ਦਾ ਇੱਕ ਟੋਲਿਆਂ ਇੱਕ ਬੜਾ ਪੰਜ ਸੱਤ ਜਣਿਆਂ ਦਾ ਇੱਕ ਗਰੁੱਪ ਬਣਿਆ ਹੋਇਆ ਸੀ ਉਹਨਾਂ ਨੇ ਸਾਰੇ ਹਲਕੇ ਦੀ ਤਹਸੀਲਸ ਕਰਤੀ ਕਿ ਗੈਰੀ ਉਹਦੇ ਮਗਰ ਲੱਗਦਾ ਰਿਹਾ ਇਹਨੇ ਦੂਜੇ ਲੱਗੇ ਬਸ ਰਾਜਨੀਤੀ ਕਰਦੀ ਕਰਦੀ ਨਹੀਂ ਮੈਂ ਆਪੇ ਰਾਜਨੀਤੀ ਹੋਈ ਆਖੋ ਮੈਨੂੰ ਰਾਜਨੀਤੀ ਕਾਂਗਰਸ ਨਾਲ ਆਖੋ ਕੋਈ ਕਾਂਗਰਸ ਦੇ ਵਿੱਚ ਇੰਨੀ ਜ਼ਿਆਦਾ ਤੜੇਬੰਦੀ ਹੋ ਗਈ ਹੈ ਕਾਂਗਰਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਇਲਜ਼ਾਮ ਲੱਗਦੇ ਰਹਿੰਦੇ ਆ ਕਦੇ ਕੈਪਟਨ ਵਰਸਸ ਪਠਾਨ ਕਦੇ ਕੈਪਟਨ ਵਰਸਸ ਬਾਜਵਾ ਕਦੇ ਕੈਪਟਨ ਵਰਸਸ ਸਿੱਧੂ ਤੇ ਹਜੇ ਵੀ ਇਹ ਰਾਜਨੀਤੀ ਜਾਰੀ ਹੈ ਖੜੇ ਆ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਸਤਕਾਰਕਾਰ ਗਹਿਰੀ ਹੁਰਾਂ ਦੀ ਟਿਕਟ ਕੱਟੀ ਗਈ ਹੈ ਇੱਕ ਪਾਸੇ ਲਾਡੀ ਹੁਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਲਾਡੀ ਗਹਿਰੀ ਆਖ ਰਹੇ ਆ ਕਿ ਕੁਝ ਕੁ ਲੋਕ ਨੇ ਜਿਨ੍ਹਾਂ ਦੇ ਵੱਲੋਂ ਟਿਕਟ ਕਟਵਾਈ ਗਈ ਹੈ ਤੇ ਦੂਜੇ ਪਾਸੇ ਸਾਡੇ ਨਾਲ ਅਮਰਿੰਦਰ ਟਿੱਕਾ ਜੀ ਨੇ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਧੰਨਵਾਦ ਜੀ ਟਿੱਕਾ ਸਾਹਿਬ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਆ ਕੁਝ ਲੋਕ ਜਿਹੜੇ ਕਹਿ ਰਹੇ ਨੇ ਕਿ ਟਿਕਟ ਕਟਵਾਈ ਗਈ ਹੈ ਕੌਣ ਲੋਕ ਨੇ ਟਿਕਟ ਪਾਰਟੀ ਨੇ ਕੱਟੀ ਹੈ ਔਰ ਫਿਰੋਜ਼ਪੁਰ ਦਿਹਾਤੀ ਬਾਰੇ ਜੋ ਇਥੋਂ ਦੇ ਸਾਡੇ ਇਹ ਲੀਡਰ ਸਹਿਬਾਨਾਂ ਨੇ ਜਿਸ ਤਰ੍ਹਾਂ 5 ਸਾਲ ਦਾ ਇਹਨਾਂ ਦਾ ਕਾਰਜ ਕਰ ਰਿਹਾ ਉਸ ਬੇਇੱਜ਼ਤੀ ਇਹ ਟਿਕਟ ਕੱਟੀ ਗਈ ਹੈ ਔਰ ਇਲਾਕੇ ਦੀ ਸਾਡੇ ਜਿੰਨੇ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਔਰ ਬਲਾਕ ਸੰਪਤੀਆਂ ਦੇ ਸਰਪੰਚ ਸਹਿਬਾਨ ਸਾਰਿਆਂ ਨੇ ਹੀ ਹਾਈ ਕਮਾਂਡ ਨੂੰ ਅਪੀਲ ਕੀਤੀ ਸੀ ਵੀ ਅਸੀਂ ਇਸ ਵਾਰੀ ਚੇਂਜ ਕੋਈ ਚੰਗਾ ਹੋਣ ਹਰ ਕੋਈ ਵਧੀਆ ਕੈਂਡੀਡੇਟ ਸਾਨੂੰ ਦਿੱਤਾ ਜਾਵੇ ਔਰ ਅਸੀਂ ਸਾਰੇ ਇਕਜੁੱਟ ਹੋ ਕੇ ਉਹਦੇ ਨਾਲ ਤੁਰਾਂਗੇ ਅਗਰ ਗਹਿਰੀ ਪਰਿਵਾਰ ਨੂੰ ਦੁਬਾਰਾ ਟਿਕਟ ਮਿਲਦੀ ਆ ਤਾਂ ਅਸੀਂ ਇਹਦਾ ਵਿਰੋਧ ਕਰਾਂਗੇ ਔਰ ਸਾਡੀ ਹਾਈ ਕਮਾਂਡ ਨੇ ਬੇਨਤੀ ਸੁਕਾਰ ਕਰਦਿਆ ਸਾਨੂੰ ਬਹੁਤ ਹੀ ਵਧੀਆ ਔਰ ਇੱਕ ਚੰਗਾ ਅਕਸ ਵਾਲਾ ਆਸ਼ੂ ਬਾਂਗੜ ਦੀ ਸਾਡੇ ਕੋਲ ਭੇਜਿਆ ਔਰ ਅਸੀਂ ਸਾਰਾ ਸਾਡੀ ਗੈਰੀ ਲਾਡੀ ਗੈਰੀ ਕਹਿ ਰਹੀ ਆ ਆਸ਼ੂ ਬਾਂਗੜ ਦੇ ਖਿਲਾਫ ਅਸੀਂ ਲੜਦੇ ਆਏ ਆ ਕਹ ਰਹੇ ਨੇ ਕਿ ਉਹ ਆਪ ਚ ਸੀਗਾ ਕਹਿੰਦੇ ਅੱਜ ਕਾਂਗਰਸ ਜੁਆਇਨ ਕਰ ਲਈ ਕਹਿੰਦੇ ਮੈਂ ਗਰੀਬ ਸੀ ਦਲਿਤ ਸੀ ਐਸ ਕਰਕੇ ਟਿਕਟ ਕੱਟਦੀ ਕੁਝ ਕਿ ਲੋਕਾਂ ਨੇ ਦਬਾਅ ਪਾਇਆ ਪਹਿਲੀ ਗੱਲ ਤਾਂ ਇਹ ਆ ਸਾਡਾ ਆਸ਼ੂ ਬਾਂਗੜ ਵੀ ਦਲਿਤ ਪਰਿਵਾਰ ਨਾਲ ਹੀ ਸੰਬੰਧ ਰੱਖਦਾ ਹੈ ਇਹ ਤਾਂ ਹੈ ਨਹੀਂ ਵੀ ਕਿਸੇ ਦਲਿਤ ਦੀ ਟਿਕਟ ਕੱਟ ਕੇ ਕਿਸੇ ਜਨਰਲ ਕੈਟੇਗਰੀ ਦੇ ਬੰਦੇ ਨੂੰ ਕੋਈ ਟਿਕਟ ਦੇ ਦਿੱਤੀ ਗਈ ਹੈ ਔਰ ਗਹਿਰੀ ਸਾਹਿਬ ਬਾਰੇ ਸਾਰਾ ਪੰਜਾਬ ਜਾਣਦਾ ਬਹੁਤਾ ਦੱਸਣ ਦੀ ਮੈਨੂੰ ਲੋੜ ਨਹੀਂ ਇਹਨਾਂ ਨੂੰ ਵੀ ਸਾਡੇ ਦਿਹਾਤੀ ਹਲਕੇ ਤੇ ਇਹ ਗੁਰੂ ਸਾਹ ਹਲਕੇ ਦੇ ਰਹਿਣ ਵਾਲੇ ਸੀ ਔਰ ਲੋਕਾਂ ਨੇ ਇਹਨਾਂ ਨੂੰ ਐਨਾ ਮਾਨ ਸਤਕਾਰ ਦਿੱਤਾ ਆਪ ਦਾ ਪਰਿਵਾਰ ਸਮਝ ਕੇ ਆਪ ਹਰ ਬੰਦੇ ਨੇ ਆਪ ਦੀ ਚੋਣ ਸਮਝ ਕੇ ਇਹਨਾਂ ਦੀ ਚੋਣ ਲੜੀ ਸੀ ਇਹਨਾਂ ਦੇ ਘਰੋਂ ਪੈਸਾ ਨਹੀਂ ਲੱਗਣ ਦਿੱਤਾ ਸੀ ਸਾਡੇ ਹਲਕੇ ਨੇ ਇਹਨਾਂ ਦੇ ਮੂਹਰੇ ਹੋ ਕੇ ਚੋਣ ਲੜੀ ਸੀ ਪਰ ਦੁੱਖ ਹੈ ਸਾਡੇ ਜਦੋਂ ਸਾਡੇ ਆਪ ਦੇ ਦਿਲਾਂ ਦੇ ਜਜ਼ਬਾਤ ਅਸੀਂ 5 ਸਾਲ ਅਸੀਂ ਸਾਡੇ ਕਾਂਗਰਸੀ ਵੀਰ ਘਰਾਂ 'ਚ ਬੈਠੇ ਰਹੇਗੇ ਜਿਨ੍ਹਾਂ ਨੂੰ ਮਾਨ ਸਤਕਾਰ ਮਿਲਣਾ ਚਾਹੀਦਾ ਸੀ ਉਹ ਮਾਨ ਸਤਕਾਰ ਨਹੀਂ ਮਿਲਿਆ ਔਰ ਅੱਜ ਪਾਰਟੀ ਦਾ ਮੈਂ ਤਾਂ ਆਪਦੇ ਵੱਲੋਂ ਆਪ ਦੇ ਪਰਵਾਹ ਵੱਲੋਂ ਗੈਰੀ ਗੈਰੀ ਹਰਾਂ ਦੇ ਘਰ ਅਸੀਂ ਜਾ ਕੇ ਆਏ ਆ ਕਈ ਸਰਪੰਚ ਬੈਠੇ ਆ ਕਈ ਬਲਕ ਸੰਪਤੀ ਮੈਂਬਰ ਬੈਠੇ ਨੇ ਕਹ ਰਹੇ ਨੇ ਕਿ ਅਸੀਂ ਵਿਰੋਧ ਕਰਦੇ ਆ ਪਾਰਟੀ ਦਾ ਦੇਖੋ ਤਾਜ਼ਾ ਤਾਜ਼ਾ ਦਿਲ ਟੁੱਟਿਆ ਹੈ ਕਈਆਂ ਦੀਆਂ ਸਾਂਝਾ ਹੁੰਦੀਆਂ ਦੇਖੋ 5 ਸਾਲ ਹਲਕੇ ਦੇ ਵਿੱਚ ਰਗੇ ਔਰ ਦੇਖੋ ਕਿਸੇ ਨਾ ਕਿਸੇ ਨਾਲ ਤਾਂ ਮੋਹ ਪ੍ਰੇਮ ਹੁੰਦਾ ਪਰ ਆਉਣ ਵਾਲੇ ਸਮੇਂ ਤੇ ਸਾਰੀ ਪਿਕਚਰ ਕਲੀਅਰ ਹੋ ਜੂਗੀ ਜਿਹੜੇ ਅੱਜ ਉੱਥੇ ਬੈਠੇ ਆ ਕੱਲ ਨੂੰ ਉੱਥੇ ਉਹ ਵੀ ਨਹੀਂ ਦਿਖਣਗੇ ਕੀ ਲੱਗਦਾ ਐਨੀ ਜ਼ਿਆਦਾ ਵਿਰੋਧਤਾ ਕਿਉਂ ਨਿੱਜੀ ਨਿੱਜੀ ਕੋਈ ਗੱਲਬਾਤ ਆ ਜਾਂ ਮਤਲਬ ਕਾਂਗਰਸ ਦੇ ਵਿੱਚ ਇੰਨੀ ਜ਼ਿਆਦਾ ਵਿਰੋਧਤਾ ਸਾਰਿਆਂ ਚ ਹਰੇ ਹਲਕਿਆਂ ਜ਼ਿਆਦਾਤਰ ਹਲਕਿਆਂ ਚ ਦੇਖਣ ਨੂੰ ਮਿਲਦੀ ਹੈ ਸਾਡਾ ਇਹ ਜਿਹੜਾ ਫਰੋਜ਼ਪੁਰ ਦਿਹਾਤੀ ਦਾ ਜਿਹੜਾ ਇਹ ਹਲਕਾ ਹੈ ਸਾਰਾ ਇੱਥੋਂ بڑے ਵੱਡੇ ਵੱਡੇ ਲੀਡਰ ਸਹਿਬਾਨ ਸਰਦਾਰ ਮਹਿੰਦਰ ਸਿੰਘ ਗਿੱਲ ਸਰਦਾਰ ਗੁਰਨਾਇਬ ਸਿੰਘ ਬਰਾੜ ਸਰਦਾਰ ਰਵਿੰਦਰ ਸਿੰਘ ਸੰਧੂ ਬਬਲ ਐਸੇ ਕਾਂਗਰਸੀਏ ਇਸ ਹਲਕੇ ਦੇ ਜੰਮਪਲ ਨੇ ਔਰ ਬੜਾ ਸੋਹਣਾ ਉਹਨਾਂ ਨੇ ਜਿੰਨੀ ਵਾਰੀ ਆਪਦਾ ਕਾਰਜਕਾਰ ਸੰਭਾਲਿਆ ਪਰ ਸਾਡੀ ਮਾੜੀ ਕਿਸਮਤ ਸਮਝਦਾ ਮੈਂ ਹਲਕਾ ਫਰੋਜ਼ਪੁਰ ਦਿਹਾਤੀ ਦੇ ਕਾਂਗਰਸੀਆਂ ਦੀ ਵੀ ਇਹ ਗਹਿਰੀ ਪਰਿਵਾਰ ਤੇ ਸਾਡਾ ਵਿਸ਼ਵਾਸ ਕਰਨਾ ਸਾਨੂੰ ਵੱਧ ਤੋਂ ਵੱਧ ਸਾਨੂੰ ਘਾਟਾ ਪਿਆ ਔਰ ਮੈਂ ਬਹੁਤ ਹੀ ਆਪਦੇ ਵੱਲੋਂ ਆਪਦੇ ਦੇ ਸਾਥੀਆਂ ਵੱਲੋਂ ਸਾਰੇ ਹਲਕੇ ਵੱਲੋਂ ਧੰਨਵਾਦ ਕਰਦਾ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡਾ ਇਹਦੇ ਤੋਂ ਖੜਾ ਛੜਵਾ ਦਿੱਤਾ ਤੁਸੀਂ ਕਿਹਾ ਕਿ ਜੇ ਟਿਕਟ ਦਿੰਦਾ ਹਾਈ ਕਮਾਂਡ ਅਸੀਂ ਵਿਰੋਧ ਕਰਦੇ ਤੇ ਤੁਸੀਂ ਕਿਹਾ ਤੁਸੀਂ ਕਿਹਾ ਕਿ ਟਿਕਟ ਕੱਟੋ ਅਸੀਂ ਕਿਹਾ ਮੈਂ ਹਾਈ ਕਮਾਂਡ ਵੱਲੋਂ ਮੈਨੂੰ ਉਹਨਾਂ ਦੀਆਂ ਕਾਲਾਂ ਵੀ ਆਈਆਂ ਅਸੀਂ ਦਿੱਲੀ ਚੰਡੀਗੜ੍ਹ ਜਾ ਕੇ ਮਿਲੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਕੋਈ ਚੰਗਾ ਸੂਝਵਾਨ ਉਮੀਦਵਾਰ ਦਿੱਤਾ ਜਾਵੇ ਅਗਰ ਅ ਗਹਿਰੀ ਸਾਹਿਬ ਨੂੰ ਇਹ ਸੀਟ ਦੁਬਾਰਾ ਦਿੱਤੀ ਦੇਵੇ ਤਾਂ ਫੇਰ ਸਾਨੂੰ ਤਾਂ ਸਾਡੇ ਨਾਲ ਕਿਸੇ ਸਾਥੀ ਦੇ ਤੁਰਨਾ ਬਣੀ ਸੀ ਤੁਹਾਡੇ ਨਾਲ ਕੌਣ-ਕੌਣ ਸੀ ਕਿਸ-ਕਿਸ ਨੇ ਕਿਹਾ ਕਿ ਗਹਿਰੀ ਦੀ ਟਿਕਟ ਕੱਟੀ ਜਾ ਦੇਖੋ ਜੀ ਸਾਰਾ ਹਲਕਾ ਸੀ ਸਾਡੇ ਨਾਲ ਸਾਰਾ ਹਲਕਾ ਤਾਂ ਉੱਥੇ ਵੀ ਖੜਾ ਉਹ ਕਹਿੰਦੇ ਸਾਰਾ ਹਲਕਾ ਦਾ ਸਾਡੇ ਨਾਲ ਉਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਵੇ ਖੜੇ ਉਹਨਾਂ ਦੇ ਨਾਲ ਸਰਪੰਚ ਖੜੇ ਉਹਨਾਂ ਦੇ ਘਰੇ ਬਲਾਕ ਸ਼ਾਂਤੀ ਮੈਂਬਰ ਖੜੇ ਆ ਹੋਰ ਚੇਅਰਮੈਨ ਬੈਠੇ ਨੇ ਮੈਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਹੈ ਦੇਖੋ ਦਿੱਲੀ ਜਾ ਕੇ ਜਾਂ ਚੰਡੀਗੜ੍ਹ ਜਾ ਕੇ ਕਿੰਨੀਆਂ ਮਤਲ ਮੈਨੂੰ ਪਤਾ ਹੈ ਵੀ ਇੰਨਾ ਦਿਨਾਂ ਵਿੱਚ ਜਿੰਨੇ 5 ਸਾਲ ਕਾਰਾਂ ਦੇ ਟਾਇਰ ਨਹੀਂ ਘੁੰਮੇ ਹੋਣੇ ਜਿੰਨੇ ਨੇ ਇਹ ਦਿੱਲੀ ਤੇ ਚੰਡੀਗੜ੍ਹ ਦੇ ਇੰਨਾ ਦਿਨਾਂ ਚ ਟਾਇਰ ਘੁੰਮ ਗਿਆ ਦੇਖੋ ਬਹੁਤ ਵੱਡਾ ਸੰਤਾਪ ਸਾਡੇ ਇਸ ਹਲਕੇ ਨੇ ਹੰਡਾਇਆ ਇਹ ਮੈਂ ਨਹੀਂ ਕਹਿੰਦਾ ਸਾਡੀਆਂ ਤੁਹਾਡਾ ਰਾਜ ਸੀ ਤੁਹਾਡਾ ਵੀ ਰਾਜ ਸੀ ਤੁਸੀਂ ਵੀ ਤੁਹਾਡੇ ਵਾਈਫ ਵੀ ਜਿਹੜਾ ਆ ਬਲਕਸਾਂਪੀ ਮੈਂਬਰ ਨੇ ਤੇ ਕੀ ਲੱਗਦਾ ਫਿਰ ਸੁਣੀ ਨਹੀਂ ਗਈ ਇਹਨਾਂ ਟਾਈਮ ਸਰਕਾਰ ਦੇ ਵਿੱਚ ਇਹ ਗੈਰੀ ਸੀਗੇ ਇੱਥੇ ਸੁਣੀ ਨਹੀਂ ਗਈ ਸਰਕਾਰ ਚ ਸੁਣਵਾਈ ਨਹੀਂ ਸੀਗੀ ਨਹੀਂ ਸੁਣਵਾਈ ਹੋਈ ਸੁਣਵਾਈ ਕਿਉਂ ਨਹੀਂ ਹੋਈ ਇਹਦੇ ਬਾਰੇ ਬੜੇ ਵੱਡੇ ਕਾਰਨ ਸੀਗੇ ਇੱਕ ਇਹੋ ਜਿਹਾ ਟੋਲਾ ਜਿਨ੍ਹਾਂ ਨੇ ਇਹਨੂੰ ਕੈਪਚਰ ਕਰਕੇ ਰੱਖ ਲਿਆ ਔਰ ਜਿਹੜੇ ਪੁਰਾਣੇ ਕਾਂਗਰਸੀ ਇਹਨਾਂ ਨੂੰ ਇਗਨੋਰ ਕੀਤਾ ਗਿਆ ਉਹ ਕੁਝ ਐਸਾ ਗਰੁੱਪ ਨਾਲ ਰਿਹਾ ਉਹਨਾਂ ਨੇ ਜਿਹੜੇ ਪੁਰਾਣੇ ਕਾਂਗਰਸੀ ਪਰਿਵਾਰ ਸੀਗੇ ਉਹਨਾਂ ਨੂੰ ਇਗਨੋਰ ਕੀਤਾ ਲਾਡੀ ਗਹਿਰੀ ਦਾ ਇੱਕ ਟੋਲਿਆ ਇੱਕ ਬੜਾ ਪੰਜ ਸੱਤ ਜਣਿਆਂ ਦਾ ਇੱਕ ਗਰੁੱਪ ਬਣਿਆ ਹੋਇਆ ਸੀ ਉਹਨਾਂ ਨੇ ਸਾਰੇ ਹਲਕੇ ਦੀ ਤੈਸ ਨੈਸ ਕਰਤੀ ਇਹ ਗਹਿਰੀ ਉਹਦੇ ਮਗਰ ਲੱਗਦਾ ਰਿਹਾ ਇਹਨੇ ਦੂਜੇ ਇਲਾਕੇ ਵੱਲ ਨਹੀਂ ਵੇਖਿਆ ਕਰ ਕਰ ਗਹਿਰੀ ਤਾਂ ਕਹਿੰਦੇ ਮੈਂ ਬੜੀ ਡਿਵੈਲਪਮੈਂਟ ਕਰਾਈ ਆ ਵੀਰਕਾ ਪਲਾਂਟ ਲੈ ਕੇ ਆਈਆਂ ਹੋਰ ਬੜਾ ਕੁਝ ਲੈ ਕੇ ਆਂਦਾ ਹਲਕੇ ਦੇ ਵਿੱਚ ਉਹ ਦੇਖੋ ਜੀ ਪੀਜੀਆਈ ਸਾਰਿਆਂ ਨੂੰ ਪਤਾ ਇੱਥੇ ਕਿਹਨੇ ਕੌਣ ਲੈ ਕੇ ਆਇਆ ਜੇ ਮਿਲਕ ਪਲਾਂਟ ਦੀ ਗੱਲ ਹੈ ਉਹ ਵੀ ਰਦਾਵਾ ਸਾਹਿਬ ਨੇ ਸੈਂਕਸ਼ਨ ਕਰਕੇ ਗਏ ਸੀਗੇ ਦੇਖੋ ਕਹਿੰਦੀਆਂ ਗੱਲਾਂ ਨੇ ਕਹਿੰਦੇ ਲਿਆਂਦਾ ਮੈਂ ਆ ਕਹਿੰਦੇ ਹਲਕਾ ਮੇਰਾ ਮੈਂ ਕਹਿੰਦੇ ਕਿਹਾ ਉਹਨਾਂ ਨੂੰ ਇਹ ਜਿਹੜਾ ਮਿਲਕ ਪਲਾਂਟ ਹੈ ਪਹਿਲੀ ਗੱਲ ਤਾਂ ਸਾਡੇ ਪਿੰਡ 'ਚ ਹੀ ਬਣਿਆ ਔਰ ਉਹਦੇ ਪਿੱਛੇ ਦੂਜੇ ਸਾਰੇ ਐਮਐਮਐਲਏ ਸਹਿਬਾਨਾਂ ਦਾ ਉਹਦੇ ਵਿੱਚ ਜੀਰਾ ਸਾਹਿਬ ਦਾ ਪਿੰਕੀ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਫੇਰ ਉਹਦੇ ਮਿਹਰਬਾਨੀ ਐ ਐਵੇਂ ਕਹਿਨ ਨੂੰ ਤਾਂ ਇਹ ਤਾਂ ਮੈਡਮ 4 ਸਾਢੇ 4 ਸਾਲ ਤਾਂ ਚੰਡੀਗੜੀ ਬੈਠੇ ਰਹੇ ਇਹ ਸਾਰਾ ਇਲਾਕਾ ਜਿੱਥੋਂ ਮਰਜ਼ੀ ਪਹੁੰਚੋ ਔਰ ਜਿਹੜੇ ਮੇਨ ਸੀਗੇ ਆਪੇ ਉੱਥੇ ਬੈਠੇ ਰਹੇ ਔਰ ਗਰੀਬ ਸਾਹਿਬ ਇਲਾਕੇ 'ਚ ਗੇੜੇ ਦਿੰਦੇ ਰਹੇ ਔਰ ਮੈਡਮ ਤਾਂ ਇੱਥੇ ਸਾਢੇ 4 ਸਾਲ ਆਏ ਨਹੀਂ ਇਹ ਕਿਦੋਂ ਇਹ ਵੱਡੇ ਵੱਡੇ ਵਿਕਾਸ ਲਿਆਏ ਗਰੀਬ ਸਾਹਿਬ ਕਹਿੰਦੇ ਗਰੀਬ ਜਰਿਆ ਨਹੀਂ ਗਿਆ ਗਰੀਬ ਰੂਲ ਤਾਂ ਦੇਖੋ ਜੀ ਇਹ ਤਾਂ ਹੁਣ ਗੱਲਾਂ ਐ ਕਹ ਇਹਨੂੰ ਲੋਕਾਂ ਦੀ सिंपਤੀ ਲੈਣੀ ਹੈ ਵੱਡੇ ਵੱਡੇ ਘਰਾਣਿਆਂ ਨੇ ਗਰੀਬ ਨਹੀਂ ਜਰਿਆ ਵੱਡੇ ਘਰਾਣਿਆਂ ਨੇ ਕੋਈ ਕਿਸੇ ਨਾਲ ਹੀ ਦੇਖੋ ਜੀ ਅਸੀਂ ਤਾਂ ਹੱਥਾਂ ਤੇ ਆਪਦੀਆਂ ਪਲਕਾਂ ਤੇ ਇਸ ਪਰਿਵਾਰ ਨੂੰ ਬਿਠਾਇਆ ਸੀਗਾ ਇਹ ਗੱਲ ਹੈ ਹੁਣ ਇਹ ਤਾਂ ਕੈਂਟ ਦੀ ਇਹਨਾਂ ਨੇ सिंपਤੀ ਲੈ ਰਿਆ ਇਹਨਾਂ ਨੇ ਚੋਣ ਲੜਦੀਆਂ ਦੂਜੀ ਪਾਰਟੀ ਵੱਲੋਂ ਤੁਹਾਡੇ ਸਾਹਮਣੇ ਆਜੂਗੀ ਉਹ ਤਾਂ ਕਹਿੰਦੇ ਕਾਂਗਰਸ 'ਚ ਰਵਾਂਗੇ ਅਸੀਂ ਜਾਂਦੇ ਨਹੀਂ ਕਾਂਗਰਸ ਦੇ ਸਿਪਾਹੀਆਂ ਕਾਂਗਰਸ 'ਚ ਰਵਾਂਗੇ ਮੈਂ ਕਹਾਂ ਵੀ ਇਹ ਸਾਰੀ ਪਿਕਚਰ ਤੁਹਾਡੇ ਸਾਹਮਣੇ ਆਜੂਗੀ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਆਜੂਗੀ ਬੜਾ ਲੰਮਾ ਸਮਾਂ ਹੋਣੀ ਕੀ ਲੱਗਦਾ ਵਾਰ-ਵਾਰ ਇਲਜ਼ਾਮ ਲਾਉਂਦੇ ਨੇ ਕਹਿੰਦੇ ਕੁਝ ਕੁ ਘਰਾਣੇ ਨੇ ਫਿਰੋਜ਼ਪੁਰ ਦੇ ਜਿਨ੍ਹਾਂ ਨੇ ਸਾਨੂੰ ਜਰਿਆ ਨਹੀਂ ਤੁਸੀਂ ਖੁੱਲ ਕੇ ਕਹਿ ਰਹੇ ਹੋ ਕਿ ਅਸੀਂ ਕਿਹਾ ਕਿ ਟਿਕਟ ਕੱਟੋ ਮੈਂ ਕਿਹਾ ਮੈਂ ਕਿਹਾ ਮੈਂ ਮੁੱਕਰਦਾ ਨਹੀਂ ਮੈਂ 5 ਸਾਲ ਅਸੀਂ ਟਾਈਮ ਟਪਾਇਆ ਔਖੇ ਵੇਲੇ ਪਾਰਟੀ ਨਾਲ ਖੜੇ ਰਹੇ ਆ ਬੜਾ ਸੰਤਾਪ ਭੋਕਿਆ ਪਰ ਸਾਨੂੰ ਇਹ ਸੀ ਵੀ ਜਿਹੜਾ ਸਾਡੇ ਵਰਕਰ ਹੈ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੂੰ ਮਾਨ ਸਨਮਾਨ ਜਿੱਦੋਂ ਇਸ ਬੰਦੇ ਨੇ ਨਹੀਂ ਦਿੱਤਾ ਤੇ ਉਹ ਵਿਚਾਰੇ ਕਿਵੇਂ ਉਹਨਾਂ ਨੇ 5 ਸਾਲ ਟਪਾਏ ਆ ਆਪਦੀ ਸਰਕਾਰ ਦੇ ਵਿੱਚ ਸਾਡੇ ਕਾਂਗਰਸੀ ਰੋਲੇ ਆ ਤੇ ਅੱਜ ਉਹਨਾਂ ਦਾ ਜਿਹੜਾ ਉਹਨਾਂ ਦੀ ਪਰਮਾਤਮਾ ਨੇ ਸੁਣੀ ਹੈ ਜਿਨ੍ਹਾਂ ਨੇ 5 ਸਾਲ ਸੰਤਾਪ ਹੰਡਾਇਆ ਅੱਜ ਉਹਨਾਂ ਦੀ ਜਿੱਤ ਹੋਈ ਹੈ ਸ਼ੁਕਰੀਆ ਜੀ ਦਾ ਧੰਨਵਾਦ ਭਾਈ ਸੀ ਕੇ ਅਮਰਿੰਦਰ ਸਿੰਘ ਟਿੱਕਾ ਕਹਿ ਰਹੇ ਨੇ ਕਿ ਅਸੀਂ ਖੁੱਲ ਕੇ ਕਿਹਾ ਕਿ ਗੈਰੀ ਨੂੰ ਟਿਕਟ ਨਾ ਦਿੱਤੀ ਜਾਵੇ ਕਿਉਂਕਿ ਜਿਹੜੇ ਪੁਰਾਣੇ ਕਾਂਗਰਸੀ ਵਰਕਰਸ ਸੀ ਉਹਨਾਂ ਦੀ ਪੁੱਛਗਿੱਛ ਨਹੀਂ ਹੋਈ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਕਹਿੰਦੇ ਮੈਂ ਕਿਹਾ ਮੈਂ ਕਿਹਾ ਮੇਰੇ ਨਾਲ ਕੁਝ ਹੋਰ ਵੀ ਜਿਹੜੇ ਲੋਕ ਸੀ ਕਹਿੰਦੇ ਅਸੀਂ ਕਿਹਾ ਕਿ ਟਿਕਟ ਨਾ ਦਿੱਤੀ ਜਾਵੇ ਜੇ ਟਿਕਟ ਮਿਲਦੀ ਤਾਂ ਅਸੀਂ ਵਿਰੋਧ ਕਰਦੇ ਦੂਜੇ ਪਾਸੇ ਲਾਡੀ ਗਹਿਰੀ ਕਹਿ ਰਿਹਾ ਕਿ ਕੁਝ ਕਕਰਾਨੇ ਆ ਜਿੰਨਾਂ ਤੋਂ ਗਰੀਬ ਜਰਿਆ ਨਹੀਂ ਗਿਆ ਪਰ ਅਮਰਿੰਦਰ ਟਿਕ ਕਹਿ ਰਹੇ ਨੇ ਕਿ ਅਸੀਂ ਟਿਕਟ ਕਟਵਾਈ ਹੈ ਅਸੀਂ ਕਿਹਾ ਕਿ ਜੇ ਟਿਕਟ ਮਿਲੀ ਤਾਂ ਵਿਰੋਧ ਕਰਾਂਗੇ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਸਿਮਰਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਫਰੋਜ਼